ਵਾਲੇਕੁਮ ਸਲਾਮ ਭਾਈ, ਕੀ ਹਾਲ ਚਾਲ ਆ? ਠੀਕ ਠਾਕ, ਅੱਲਾ ਸ਼ੁਕਰ। ਆਪਣਾ ਨਾਮ ਅਲੀ ਹੈਦਰ। ਅਲੀ ਹਸਨ ਭਾਈ, ਇਲਾਕਾ ਕਿਹੜਾ ਜੀ? ਇਲਾਕਾ ਆਪਣਾ ਤਹਿਸੀਲ ਮੀਆਂ ਚਨੂ ਹੈ, ਗਾਓ ਆਪਣਾ ਹੈਗਾ 99-15। ਜੀ ਜੀ ਬਿਲਕੁਲ। ਗੰਦਮ ਆਪਣੀ ਸੀ, ਅੱਲਾ ਖੈਰ ਕਰੇ, 10 ਕਿੱਲੇ ਆਪਣੀ ਗੰਦਮ ਸੀ। ਤਕਰੀਬਨ 1 ਕਿੱਲੇ 'ਚ ਉਹ ਸਤਾਰੀ, ਕਿਰਾਏ ਵਗੈਰਾ ਅਤੇ ਥ੍ਰੈਸ਼ਰ ਲਵਾਈ ਹੋਈ ਹੈ, ਟਰੈਕਟਰ ਆਪਣਾ, ਅਤੇ 1 ਕਿੱਲੇ ਦੀ ਉਹ ਸਤਾਰੀ ਤਕਰੀਬਨ 40 ਮਣ 35 ਮਣ ਇੰਨੀ 1 ਕਿੱਲੇ ਦੀ ਉਹ ਸਤਾਰੀ ਹੈ। ਬੀਜ ਅਕਬਰ ਵਾਲਿਆਂ ਦਾ ਲਾਇਆ ਸੀ। ਜੀ ਜੀ ਇਹ ਹੱਥ ਨਾਲ ਕਟਾਈ ਕਰਵਾਈ ਗੰਦਮ ਦੀ, ਦੂਸਰਾ ਹੱਥ ਨਾਲ ਕਟਾਈ ਕਰਵਾ ਕੇ ਬਾਕੀ ਹੁਣ ਕਟਵਾ ਰਹੇ ਹਾਂ, ਮਜ਼ਦੂਰ ਲਾਏ ਨੇ। ਹੱਥ ਵਾਲਿਆਂ ਨੇ ਲੈ ਰਹੇ ਨੇ 5-6 ਮਣ ਲੈ ਰਹੇ ਨੇ ਕਿੱਲੇ ਦਾ। ਹਾਂ, 5-6 ਮਣ ਕਿੱਲੇ ਦਾ ਲੈ ਰਹੇ ਨੇ ਤਕਰੀਬਨ। ਥ੍ਰੈਸ਼ਰ ਵਾਲੇ ਲੈ ਰਹੇ ਨੇ ਜੀ, ਥ੍ਰੈਸ਼ਰ ਵਾਲੇ ਵੀ 3 ਮਣ ਲੈ ਰਹੇ ਨੇ। ਮਜ਼ਦੂਰ ਆ, ਹੱਥ ਵਾਲੀ ਮਿਕਸ ਹੋ ਗਿਆ ਨਾ, 4 ਮਣ 5 ਮਣ। ਹਾਂਜੀ, ਟੋਟਲ ਹੋ ਗਿਆ। ਜੀ ਜੀ ਬਿਲਕੁਲ, ਯਾਨੀ ਕਿ ਟੋਟਲ ਆਪਣੀ, ਯਾਨੀ ਕਿ 1 ਕਿੱਲੇ ਦੇ ਵਿੱਚ ਉਸ ਜਾ ਰਹੀ ਹੈ ਜਿਹੜੀ ਮਜ਼ਦੂਰੀ ਹੈ, ਥ੍ਰੈਸ਼ਰ ਨੂੰ ਮਜ਼ਦੂਰੀ ਦੇਣੀ ਹੈ, ਤੇਲ ਵਗੈਰਾ ਖਰਚਾ, ਮਜ਼ਦੂਰ ਵਗੈਰਾ, 8 ਮਣ ਕਣਕ ਜਾ ਰਹੀ ਜੀ ਇੱਥੋਂ। ਜੀ 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 ਬਿਲਕੁਲ, ਪਿਛਲੇ ਸਾਲ ਮਹਿੰਗਾਈ ਥੋੜ੍ਹੀ ਸੀ, ਰੇਟ ਜ਼ਿਆਦਾ ਸੀ ਕਣਕ ਦਾ, ਹੁਣ ਰੇਟ ਪਾਸ ਕੋਲ ਲੈ ਨਹੀਂ ਰਿਹਾ, 3300-3400 ਰੇਟ ਜਾ ਰਿਹਾ, ਪਿਛਲੀ ਦਫ਼ਾ 4500 ਸੀ, ਹੁਣ ਪਾਸ ਕੋਲ ਨਹੀਂ ਲੈ ਰਿਹਾ ਹੈਗਾ, ਅਤੇ ਹੁਣ ਤਕਰੀਬਨ ਮਹਿੰਗਾਈ ਜ਼ਿਆਦਾ, ਇਸ ਵਾਰੀ ਮਹਿੰਗਾਈ ਜ਼ਿਆਦਾ, ਕਣਕ ਦਾ ਰੇਟ ਕਮ ਹੈ। ਬਈ ਕਿਸਾਨ ਮਜ਼ਦੂਰ, ਕਿਸਾਨ ਇਸ ਦਫ਼ਾ ਬੜਾ ਮਯੂਸ ਹੈ, ਕਿਉਂਕਿ ਜਿਹੜਾ ਨਾ ਕਣਕ ਦਾ ਰੇਟ ਥੋੜ੍ਹਾ ਲਿਆ, ਕਣਕ ਦਾ ਰੇਟ ਰੋਹ ਲੈ ਰਹੀ, ਪਾਸ ਕੋਲ ਰੇਟ ਲੈ ਨਹੀਂ ਰਿਹਾ। ਬਾਕੀ ਮੈਂ ਤਾਂ ਹਕੂਮਤ ਨੂੰ ਇਹ ਅਪੀਲ ਕਰਨਾ ਚਾਹਾਂਗਾ, ਸਾਡੇ ਨਾਲ ਕਰਨ ਕੁਛ, ਸਾਡਾ ਚੰਗਾ ਕਰਨ, ਕਿਸਾਨ ਬਈ ਤਾਂ ਰੁੱਲ ਜਾਣਗੇ। ਇਸ ਵਾਰੀ ਖਾਦ ਬੜੀ ਮਹਿੰਗੀ ਸੀ, ਖਾਦਾਂ ਜਿਨ੍ਹਾਂ ਨੇ ਪਾਈਆਂ ਨੇ ਉਹ ਕਿੱਧਰ ਜਾਣਗੇ? ਬਾਕੀ ਆਪਣੀ ਹਕੂਮਤ ਨੂੰ ਇਹ ਅਪੀਲ ਹੈ ਕਿ ਸਾਡੇ ਵਾਸਤੇ ਕੋਈ ਚੰਗਾ ਸੋਚਣ, ਕੋਈ ਚੰਗਾ ਅੱਛੀ ਗੱਲਬਾਤ ਸਾਡੇ ਸੋਚਣ, ਅਤੇ ਬਾਕੀ ਠੀਕ ਹੋ ਗਿਆ।